ਕੀ ਤੁਸੀਂ ਜਾਣਦੇ ਹੋ ਭਾਰਤ ਦੇ ਵਿੱਚ ਕਿੰਨੇ ਪ੍ਰਤੀਸ਼ਤ ਦੁੱਧ ਨਕਲੀ ਬਣਾਇਆ ਅਤੇ ਵੇਚਿਆ ਜਾਂਦਾ ਹੈ ਤੇ ਕਿਵੇਂ ਦੁੱਧ ਵੇਚਣ ਵਾਲੀਆਂ ਕੰਪਨੀਆਂ ਨਕਲੀ ਦੁੱਧ ਨੂੰ ਅਸਲੀ ਦੁੱਧ ਕਹਿ ਕੇ ਸਾਨੂੰ ਵੇਚਦੀਆਂ ਹਨ ਅਜਿਹੀ ਦੁੱਧ ਦੇ ਨਾਲ ਜੁੜੇ ਹੋਏ ਕੁਝ ਭਿਆਨਕ ਸੱਚ ਜਾਣਨ ਲਈ ਜੁੜੇ ਰਹੋ ਮੇਰੇ ਨਾਲ ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋਟੀਵੀ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਜੋ ਹਰ ਤੁਹਾਨੂੰ ਸਾਡੀ ਨਵੀਂ ਵੀਡੀਓ ਬਾਰੇ ਨੋਟੀਫਿਕੇਸ਼ਨ ਮਿਲ ਸਕੇ ਕਿਉਂਕਿ ਮੈਂ ਇਦਾਂ ਨੌਲੇਜ ਵਾਲੀ ਵੀਡੀਓ ਹੀ ਅਪਲੋਡ ਕਰਦਾ ਰਹਿਣਾ ਦੁੱਧ ਨੂੰ ਚੰਗੀ ਸਿਹਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗ ਹਰ ਕੋਈ ਦੁੱਧ ਨੂੰ ਪੀਂਦੇ ਹਨ ਦੁੱਧ ਨੂੰ ਸਿਰਫ ਪੀਣ ਦੇ ਲਈ ਹੀ ਨਹੀਂ ਵਰਤਿਆ ਜਾਂਦਾ ਇਸ ਨੂੰ ਕਈ ਮਠਿਆਈਆਂ ਤੇ ਹੋਰ ਵੀ ਕਈ ਖਾਣਾ ਬਣਾਉਣ ਵਾਲੀਆਂ ਚੀਜ਼ਾਂ ਦੇ ਵਿੱਚ ਵਰਤਿਆ ਜਾਂਦਾ ਹੈ ਜਿਵੇਂ ਕਿ ਹੁਣ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ ਤੇ ਕਈ ਲੋਕ ਬਾਜ਼ਾਰ ਦੀਆਂ ਨਕਲੀ ਮਠਿਆਈਆਂ ਤੋਂ ਬਚਣ ਦੇ ਲਈ ਆਪਣੇ ਘਰ ਦੇ ਵਿੱਚ ਹੀ ਮਠਿਆਈਆਂ ਬਣਾਉਣਾ ਪਸੰਦ ਕਰਦੇ ਨੇ ਮਿਲਾਵਟ ਤੋਂ ਬਿਨਾਂ ਖਾਣ ਦੀ ਚਾਹ ਦੇ ਵਿੱਚ ਜੋ ਮਠਿਆਈਆਂ ਤੁਸੀਂ ਆਪਣੇ ਘਰ ਦੇ ਵਿੱਚ ਹੀ ਦੁੱਧ ਤੋਂ ਤਿਆਰ ਕਰਦੇ ਹੋ ਜੇਕਰ ਉਹ ਦੁੱਧ ਹੀ ਨਕਲੀ ਨਿਕਲ ਜਾਵੇ ਤਾਂ ਤੁਸੀਂ ਕੀ ਕਰੋਗੇ ਤੁਸੀਂ ਇੱਥੇ ਇਹ ਵੀ ਕਹਿ ਸਕਦੇ ਹੋ ਕਿ ਅਸੀਂ ਫਲਾਨੀ ਕੰਪਨੀ ਦਾ ਦੁੱਧ ਖਰੀਦਦੇ ਹਾਂ ਜਿਹੜਾ ਕਿ 100% ਸ਼ੁੱਧ ਯਾਨੀ ਕਿ ਪਿਓਰ ਹੁੰਦਾ ਹੈ ਵੈਸੇ ਤਾਂ ਸਾਰੀਆਂ ਕੰਪਨੀਆਂ ਹੀ 100% ਸ਼ੁੱਧ ਦੁੱਧ ਦੇਣ ਦਾ ਵਾਅਦਾ ਕਰਦੀਆਂ ਹਨ ਪਰ ਇਹ ਦਾਅਵਾ ਕਿੰਨਾ ਕੁ ਸੱਚ ਹੈ ਤੁਸੀਂ ਇਸ ਮੇਰੇ ਤੱਥ ਤੋਂ ਸਮਝ ਜਾਵੋਗੇ ਭਾਰਤ ਦੇ ਵਿੱਚ ਖਪਤ ਹੋਣ ਵਾਲੇ ਦੁੱਧ ਦਾ 68% ਹਿੱਸਾ ਮਿਲਾਵਟੀ ਹੁੰਦਾ ਹੈ ਭਾਰਤ ਦੇ ਵਿੱਚ ਸਿਰਫ 32% ਦੁੱਧ ਹੀ ਪਿਓਰ ਯਾਨੀ ਕਿ ਸ਼ੁੱਧ ਹੁੰਦਾ ਹੈ ਇਸ ਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਭਾਰਤ ਦੇ ਵਿੱਚ ਇੰਨਾ ਦੁੱਧ ਹੀ ਨਹੀਂ ਕਿ ਭਾਰਤ ਦੀ ਪੂਰੀ ਆਬਾਦੀ ਨੂੰ ਉਹ ਸ਼ੁੱਧ ਦੁੱਧ ਯਾਨੀ ਕਿ ਪਿਓਰ ਦੁੱਧ ਦੇ ਸਕੇ ਇਹ ਮਿਲਾਵਟੀ ਦੁੱਧ ਦੀ ਵਰਤੋਂ ਸਿਰਫ ਖਾਣ ਪੀਣ ਦੇ ਲਈ ਹੀ ਨਹੀਂ ਬਲਕਿ ਮਠਿਆਈਆਂ ਤੇ ਹੋਰ ਵੀ ਡੇਅਰੀ ਦੇ ਪ੍ਰੋਡਕਟ ਬਣਾਉਣ ਦੇ ਵਿੱਚ ਕੀਤੀ ਜਾਂਦੀ ਹੈ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਇੰਡੀਆ ਦੇ ਵਿੱਚ ਕੋਈ ਵੀ ਇਨਸਾਨ ਅਜਿਹਾ ਨਹੀਂ ਹੋਵੇਗਾ ਜਿਸ ਨੇ ਕਦੇ ਨਾ ਕਦੇ ਮਿਲਾਵਟੀ ਦੁੱਧ ਤੋਂ ਬਣੀਆਂ ਹੋਈ ਚੀਜ਼ਾਂ ਨੂੰ ਨਾ ਵਰਤਿਆ ਹੋਵੇਗਾ ਮਿਲਾਵਟੀ ਦੁੱਧ ਬਣਾਉਣ ਦੇ ਲਈ ਡਿਟਰਜੈਂਟ ਪਾਊਡਰ ਰਿਫਾਈਂਡ ਆਇਲ ਸ਼ੈਂਪੂ ਕਾਸਟਿਕ ਸੋਡਾ ਅਤੇ ਚਿੱਟੇ ਰੰਗ ਨੂੰ ਵਰਤਿਆ ਜਾਂਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਰਤ ਕੇ ਸਿੰਥੈਟਿਕ ਦੁੱਧ ਬਣਾਇਆ ਜਾ ਸਕਦਾ ਹੈ ਸਿੰਥੈਟਿਕ ਦੁੱਧ ਵੀ ਓਰਿਜਿਨਲ ਦੁੱਧ ਦੀ ਤਰ੍ਹਾਂ ਹੀ ਹੁੰਦਾ ਹੈ ਇਹਨਾਂ ਨੂੰ ਦੇਖ ਕੇ ਕੋਈ ਵੀ ਫਰਕ ਨਹੀਂ ਕਰ ਸਕਦਾ ਕਿ ਕਿਹੜਾ ਦੁੱਧ ਬਿਲਕੁਲ ਸ਼ੁੱਧ ਹੈ ਤੇ ਕਿਹੜਾ ਦੁੱਧ ਸਿੰਥੈਟਿਕ ਹੈ ਤੇ ਕੁਝ ਕੁ ਹੀ ਮਿੰਟਾਂ ਦੇ ਵਿੱਚ ਹੀ ਸਿੰਥੈਟਿਕ ਦੁੱਧ ਨੂੰ ਬਣਾਇਆ ਜਾ ਸਕਦਾ ਹੈ 10 ਲੀਟਰ ਸਿੰਥੈਟਿਕ ਦੁੱਧ ਬਣਾਉਣ ਦੇ ਲਈ ਲਾਗਤ ਤੇ ਮਿਹਨਤ ਬਹੁਤ ਘੱਟ ਆਉਂਦੀ ਹੈ ਐਨੀਮਲ ਵੈਲਫੇਅਰ ਬੋਰਡ ਦੇ ਮੈਂਬਰ ਮੋਹਨ ਸਿੰਘ ਆਲੂਵਾਲੀਆ ਦੇ ਮੁਤਾਬਕ ਭਾਰਤ ਦੇ ਵਿੱਚ ਵਿਕਣ ਵਾਲੇ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦੇ ਵਿੱਚੋਂ 68% ਚੀਜ਼ਾਂ ਨਕਲੀ ਦੁੱਧ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ਨਕਲੀ ਦੁੱਧ ਦੇ ਨਾਲ ਬਣੇ ਹੋਏ 68% ਪ੍ਰੋਡਕਟ FSSAI ਦੇ ਵੱਲੋਂ ਤੈਅ ਕੀਤੇ ਹੋਏ ਮਾਪਦੰਡਾਂ ਦੇ ਨਾਲ ਮੇਲ ਨਹੀਂ ਖਾਂਦੇ ਭਾਰਤ ਦੇ ਵਿੱਚ ਪ੍ਰਤੀ ਦਿਨ 15 ਕਰੋੜ ਲੀਟਰ ਦੁੱਧ ਦਾ ਉਤਪਾਦਨ ਹੁੰਦਾ ਹੈ ਉੱਥੇ ਹੀ ਭਾਰਤ ਦੇ ਵਿੱਚ ਪ੍ਰਤੀ ਵਿਅਕਤੀ ਦੁੱਧ ਦੀ ਰੋਜ਼ਾਨਾ ਖਪਤ 480 ਗ੍ਰਾਮ ਹੈ ਇਸ ਦੇ ਹਿਸਾਬ ਦੇ ਨਾਲ ਦੁੱਧ ਦੇ ਹਰ ਰੋਜ਼ ਦੇ ਉਤਪਾਦਨ ਦੇ ਨਾਲ ਭਾਰਤ ਦੇ ਸਿਰਫ 30 ਕਰੋੜ ਲੋਕਾਂ ਦਾ ਹੀ ਸਰ ਸਕਦਾ ਹੈ ਭਾਰਤ ਦੀ ਕੁੱਲ ਆਬਾਦੀ 135 ਕਰੋੜ ਹੈ ਤੇ ਭਾਰਤ ਦੇ ਵਿੱਚ ਰੋਜ਼ਾਨਾ ਦੁੱਧ ਦੀ ਖਪਤ 65 ਕਰੋੜ ਲੀਟਰ ਹੈ ਭਾਰਤ ਦੇ ਵਿੱਚ ਰੋਜ਼ਾਨਾ ਦੁੱਧ ਦੀ ਖਪਤ 65 ਕਰੋੜ ਲੀਟਰ ਅਤੇ ਇਸ ਦਾ ਉਤਪਾਦਨ ਹੈ ਸਿਰਫ 15 ਕਰੋੜ ਲੀਟਰ ਤੇ ਇੱਥੇ ਸੋਚਣ ਦੀ ਗੱਲ ਹੈ ਕਿ ਬਾਕੀ ਬਚਿਆ 50 ਕਰੋੜ ਲੀਟਰ ਦੁੱਧ ਭਾਰਤ ਦੇ ਵਿੱਚ ਕਿੱਥੋਂ ਆਉਂਦਾ ਹੈ ਇਹ 50 ਕਰੋੜ ਲੀਟਰ ਦੁੱਧ ਦੀ ਪੂਰਤੀ ਦੇ ਲਈ ਪੂਰਾ ਮਿਲਾਵਟ ਦਾ ਖੇਲ ਖੇਲਿਆ ਜਾਂਦਾ ਹੈ ਦੁੱਧ ਦੇ ਵਿੱਚ ਸਿਰਫ ਪਾਣੀ ਮਿਲਾ ਕੇ ਇਸ ਨੂੰ ਪੂਰਾ ਕਰਨਾ ਔਖਾ ਹੈ ਤੇ ਨਾਲ ਹੀ ਜੇਕਰ ਕੋਈ ਦੁੱਧ ਦੇ ਵਿੱਚ ਪਾਣੀ ਮਿਲਾਉਂਦਾ ਹੈ ਤਾਂ ਉਸ ਦਾ ਝੱਟ ਹੀ ਪਤਾ ਲੱਗ ਵੀ ਜਾਂਦਾ ਹੈ ਇਸ ਦੇ ਲਈ ਮਿਲਾਵਟ ਖੋਰਾਂ ਨੇ ਇੱਕ ਤਰਕੀਬ ਸੋਚਦੇ ਹੋਏ ਦੁੱਧ ਦੇ ਵਿੱਚ ਮਿਲਾਵਟ ਕਰਨ ਦੀ ਬਜਾਏ ਨਵਾਂ ਸਿੰਥੈਟਿਕ ਯਾਨੀ ਕਿ ਨਕਲੀ ਦੁੱਧ ਹੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸਿੰਥੈਟਿਕ ਦੁੱਧ ਬਣਾਉਣ ਦੇ ਲਈ ਕਈ ਸਾਰੇ ਤਰੀਕੇ ਵਰਤੇ ਜਾਂਦੇ ਹਨ ਜਿਹੜੇ ਕਿ ਬਹੁਤ ਜ਼ਿਆਦਾ ਸਸਤੇ ਅਤੇ ਸੌਖੇ ਹਨ ਇਹ ਇੰਨਾ ਜ਼ਿਆਦਾ ਸਸਤਾ ਅਤੇ ਸੌਖਾ ਹੁੰਦਾ ਹੈ ਕਿ ਕੁਝ ਕੁ ਮਿੰਟਾਂ ਦੇ ਵਿੱਚ ਹੀ 10 ਲੀਟਰ ਨਕਲੀ ਦੁੱਧ ਤਿਆਰ ਕੀਤਾ ਜਾ ਸਕਦਾ ਹੈ ਮਿਲਾਵਟ ਦੀ ਇਹ ਖੇਡ ਪੂਰੇ ਦੇਸ਼ ਦੇ ਵਿੱਚ ਜ਼ੋਰਾਂ ਦੇ ਨਾਲ ਚੱਲ ਰਹੀ ਹੈ ਵੱਡੀਆਂ ਵੱਡੀਆਂ ਡੇਅਰੀ ਕੰਪਨੀਆਂ ਵੀ ਆਪਣੇ ਡੇਅਰੀ ਪ੍ਰੋਡਕਟ ਬਣਾਉਣ ਲਈ ਇਹੀ ਮਿਲਾਵਟੀ ਦੁੱਧ ਨੂੰ ਹੀ ਵਰਤਦੀਆਂ ਹਨ ਤੇ ਨਕਲੀ ਦੁੱਧ ਬਣਾਉਣ ਦਾ ਇਹ ਕੰਮ ਬੜੇ ਵੱਡੇ ਪੱਧਰ ਤੇ ਹਰ ਰੋਜ਼ ਚੱਲਦਾ ਹੈ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ 2016 ਦੇ ਵਿੱਚ ਲੋਕ ਸਭਾ ਦੇ ਵਿੱਚ ਇਹ ਗੱਲ ਮੰਨੀ ਵੀ ਸੀ ਕਿ 3 ਦੇ ਵਿੱਚੋਂ 2 ਡੇਅਰੀ ਪ੍ਰੋਡਕਟ ਸਿੰਥੈਟਿਕ ਦੁੱਧ ਦੇ ਨਾਲ ਬਣੇ ਹੋਏ ਹੁੰਦੇ ਹਨ ਇਹ ਸਭ ਕੁਝ ਜਾਣਦੇ ਹੋਏ ਵੀ ਸਿੰਥੈਟਿਕ ਦੁੱਧ ਤੇ ਮਿਲਾਵਟ ਖੋਰਾਂ ਤੇ ਕੋਈ ਵੱਡੀ ਕਾਰਵਾਈ ਨਹੀਂ ਹੋਈ ਇਹਨਾਂ ਨੂੰ ਨਾ ਰੋਕਣ ਦੀ ਇੱਕ ਵੱਡੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਭਾਰਤ ਦੇ ਵਿੱਚ ਦੁੱਧ ਦੀ ਕੁੱਲ ਮੰਗ ਦਾ ਸਿਰਫ 32% ਹੀ ਉਤਪਾਦਨ ਹੁੰਦਾ ਹੈ ਤੇ ਬਾਕੀ ਦੇ ਦੁੱਧ ਦੀ ਪੂਰਤੀ ਸਿਰਫ ਮਿਲਾਵਟੀ ਦੁੱਧ ਦੇ ਨਾਲ ਹੀ ਕੀਤੀ ਜਾਂਦੀ ਹੈ ਹੁਣ ਤੁਹਾਨੂੰ ਦੱਸਦੇ ਹਾਂ ਜੀ ਕਿਵੇਂ ਤਿਆਰ ਕੀਤਾ ਜਾਂਦਾ ਹੈ ਸਿੰਥੈਟਿਕ ਯਾਨੀ ਕਿ ਮਿਲਾਵਟੀ ਦੁੱਧ ਮਿਲਾਵਟੀ ਦੁੱਧ ਕਿਵੇਂ ਤਿਆਰ ਕੀਤਾ ਜਾਂਦਾ ਹੈ ਸਾਡਾ ਤੁਹਾਨੂੰ ਦੱਸਣ ਦਾ ਮਕਸਦ ਸਿਰਫ ਤੋਂ ਸਿਰਫ ਇੰਨਾ ਹੈ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਜਿਹੜਾ ਦੁੱਧ ਤੁਸੀਂ ਪੀਂਦੇ ਹੋ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਤਿਆਰ ਕੀਤਾ ਜਾਂਦਾ ਹੈ ਤੇ ਕਿਵੇਂ ਕੀਤਾ ਜਾਂਦਾ ਹੈ ਇੱਥੇ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਨਹੀਂ ਦੇਵਾਂਗੇ ਕਿ ਮਿਲਾਵਟੀ ਦੁੱਧ ਕਿਵੇਂ ਤਿਆਰ ਕੀਤਾ ਜਾਂਦਾ ਹੈ ਕਿਉਂਕਿ ਕੋਈ ਗਲਤ ਆਨਸਰ ਸਾਡੀ ਵੀਡੀਓ ਤੋਂ ਸਿੱਖ ਕੇ ਵੀ ਨਕਲੀ ਦੁੱਧ ਤਿਆਰ ਕਰ ਸਕਦਾ ਹੈ ਨੰਬਰ 1 ਹੈ ਜੀ ਸ਼ੈਂਪੂ ਤੇ ਰਿਫਾਈਂਡ ਤੇਲ ਮਿਲ ਕੇ ਕਿਵੇਂ ਨਕਲੀ ਦੁੱਧ ਤਿਆਰ ਕਰਦੇ ਹਨ ਸ਼ੈਂਪੂ ਅਤੇ ਰਿਫਾਈਂਡ ਤੇਲ ਦੇ ਨਾਲ ਦੁੱਧ ਬਣਾਉਣ ਦੇ ਲਈ ਇੱਕ ਵੱਡੀ ਸਾਰੀ ਬਾਲਟੀ ਦੇ ਵਿੱਚ ਥੋੜਾ ਜਿਹਾ ਸ਼ੈਂਪੂ ਪਾ ਕੇ ਤੇ ਉਸ ਦੇ ਵਿੱਚ 1 ਲੀਟਰ ਰਿਫਾਈਂਡ ਤੇਲ ਹੌਲੀ ਹੌਲੀ ਪਾਇਆ ਜਾਂਦਾ ਹੈ ਤੇ ਨਾਲ ਦੀ ਨਾਲ ਹੀ ਇੱਕ ਆਦਮੀ ਸ਼ੈਂਪੂ ਅਤੇ ਰਿਫਾਈਂਡ ਤੇਲ ਨੂੰ ਹੌਲੀ ਹੌਲੀ ਮਿਕਸ ਕਰੀ ਜਾਂਦਾ ਹੈ ਮਿਕਸ ਕਰਦੇ ਟਾਈਮ ਸ਼ੈਂਪੂ ਅਤੇ ਤੇਲ ਬਿਲਕੁਲ
ਬਾਅਦ ਇਹਨਾਂ ਦੇ ਵਿੱਚ ਥੋੜਾ ਜਿਹਾ ਗਲੂਕੋਸ਼ ਪਾਊਡਰ, ਅੱਧਾ ਲੀਟਰ ਦੁੱਧ ਅਤੇ 10 ਲੀਟਰ ਪਾਣੀ ਮਿਲਾਇਆ ਜਾਂਦਾ ਹੈ, 50 ਮਿਲੀਲੀਟਰ ਸ਼ੈਂਪੂ ਅਤੇ 1 ਲੀਟਰ ਰਿਫਾਈਂਡ ਤੇਲ, 1 ਮੁੱਠੀ ਗਲੂਕੋਸ਼ ਪਾਊਡਰ ਅਤੇ ਅੱਧਾ ਲੀਟਰ ਦੁੱਧ ਤੇ 1 ਬਾਲਟੀ ਪਾਣੀ ਦੀ ਦੇ ਨਾਲ 10 ਲੀਟਰ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ। 10 ਲੀਟਰ ਨਕਲੀ ਦੁੱਧ ਬਣਾਉਣ ਦੇ ਲਈ ਲੱਗਦੇ ਹਨ 10 ਮਿੰਟ ਤੇ ਖਰਚਾ ਆਉਂਦਾ ਹੈ 150 ਰੁਪਏ ਤੋਂ ਵੀ ਘੱਟ। ਹੁਣ ਤੁਹਾਨੂੰ ਦੱਸਦੇ ਹਾਂ ਜੀ ਨਕਲੀ ਦੁੱਧ ਬਣਾਉਣ ਦਾ ਦੂਜਾ ਤਰੀਕਾ। ਉੱਨੀ ਕੱਪੜਿਆਂ ਨੂੰ ਧੋਣ ਦੇ ਲਈ ਤੁਸੀਂ ਜਿਸ ਈਜੀ ਨੂੰ ਵਰਤਦੇ ਹੋ ਉਸ ਦੇ ਨਾਲ ਵੀ ਨਕਲੀ ਦੁੱਧ ਬਣਾਇਆ ਜਾਂਦਾ ਹੈ। ਈਜੀ ਤੋਂ ਦੁੱਧ ਬਣਾਉਣ ਦੇ ਲਈ ਈਜੀ ਤੋਂ ਬਿਨਾਂ ਖਾਣੇ ਵਾਲਾ ਸੋਡਾ, ਗਲੂਕੋਸ਼ ਮਿਲਕ ਪਾਊਡਰ ਅਤੇ ਸੰਘਾੜੇ ਦਾ ਆਟਾ, ਰਿਫਾਈਂਡ ਤੇਲ ਅਤੇ ਲੀਚੀ ਦੀ ਵਰਤੋਂ ਹੁੰਦੀ ਹੈ। ਬਾਲਟੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ 10 ਲੀਟਰ ਪਾਣੀ ਪਾਇਆ ਜਾਂਦਾ ਹੈ। ਪਾਣੀ ਪਾਉਣ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਬਲੈਂਡਰ ਦੇ ਨਾਲ ਮਿਕਸ ਕੀਤਾ ਜਾਂਦਾ ਹੈ ਤੇ ਤਿਆਰ ਹੋ ਜਾਂਦਾ ਹੈ ਨਕਲੀ ਦੁੱਧ। ਇਹ ਦੁੱਧ ਦੀ ਸਪਲਾਈ ਘਰਾਂ ਦੇ ਵਿੱਚ ਮਠਿਆਈ ਦੀਆਂ ਦੁਕਾਨਾਂ ਅਤੇ ਹਲਵਾਈ ਕੋਲ ਕੀਤੀ ਜਾਂਦੀ ਹੈ। ਇਹ ਦੁੱਧ ਤੁਸੀਂ ਆਪਣੇ ਬੱਚਿਆਂ ਨੂੰ ਵੀ ਪਿਲਾਉਂਦੇ ਹੋ ਤੇ ਇਸ ਦੁੱਧ ਤੋਂ ਤਿਆਰ ਕੀਤੀਆਂ ਗਈਆਂ ਮਠਿਆਈਆਂ ਤੁਸੀਂ ਅਤੇ ਮੈਂ ਆਮ ਹੀ ਖਾਂਦੇ ਰਹਿੰਦੇ ਹਾਂ। ਹੁਣ ਤੁਹਾਨੂੰ ਦੱਸਦੇ ਹਾਂ ਜੀ ਤੀਜਾ ਤਰੀਕਾ ਜਿਸ ਦੇ ਨਾਲ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ। ਇਹ ਹੈ ਜੀ ਯੂਰੀਆ ਤੇ ਡਿਟਰਜੈਂਟ ਪਾਊਡਰ। ਇਹਨਾਂ ਨੂੰ ਮਿਲਾ ਕੇ ਵੀ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ। ਸਿੰਥੈਟਿਕ ਦੁੱਧ ਬਣਾਉਣ ਦੇ ਲਈ ਯੂਰੀਆ, ਡਿਟਰਜੈਂਟ ਪਾਊਡਰ ਅਤੇ ਰਿਫਾਈਂਡ ਤੇਲ ਤੇ ਗਲੂਕੋਸ਼ ਦੇ ਨਾਲ ਮਿਕਸ ਕੀਤਾ ਜਾਂਦਾ ਹੈ ਤੇ ਇਸ ਨੂੰ ਮਿਕਸ ਕਰਨ ਤੋਂ ਬਾਅਦ ਇਸ ਦੇ ਵਿੱਚ ਪਾਣੀ ਮਿਲਾ ਦਿੱਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ ਤਿਆਰ ਹੋ ਜਾਂਦਾ ਹੈ ਨਕਲੀ ਸਿੰਥੈਟਿਕ ਦੁੱਧ। ਤੇ ਚੌਥਾ ਤਰੀਕਾ ਹੈ ਜੀ ਜੋ ਨਕਲੀ ਦੁੱਧ ਬਣਾਉਣ ਦਾ, ਉਸ ਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲਾਂ ਨੂੰ ਵਰਤਿਆ ਜਾਂਦਾ ਹੈ ਜਿਵੇਂ ਕਿ ਕਾਸਟਿਕ ਸੋਡਾ, ਸੋਡੀਅਮ ਬਾਈਕਾਰਬੋਨੇਟ, ਸੋਡੀਅਮ ਕਾਰਬੋਨੇਟ। ਇਹਨਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਵੀ ਸਿੰਥੈਟਿਕ ਦੁੱਧ ਬਣਾਉਣ ਦੇ ਵਿੱਚ ਕੀਤੀ ਜਾਂਦੀ ਹੈ। ਇੱਥੇ ਹੁਣ ਤੁਹਾਨੂੰ ਦੱਸਦੇ ਹਾਂ ਜੀ ਸਿੰਥੈਟਿਕ ਦੁੱਧ ਯਾਨੀ ਕਿ ਨਕਲੀ ਦੁੱਧ ਦੀ ਪਹਿਚਾਣ ਕਿਵੇਂ ਕੀਤੀ ਜਾਂਦੀ ਹੈ। ਸਿੰਥੈਟਿਕ ਦੁੱਧ ਯਾਨੀ ਕਿ ਨਕਲੀ ਦੁੱਧ ਨੂੰ ਇੰਨੀ ਸਫਾਈ ਦੇ ਨਾਲ ਬਣਾਇਆ ਜਾਂਦਾ ਹੈ ਕਿ ਕੋਈ ਵੀ ਇਸ ਨੂੰ ਦੇਖ ਕੇ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਹ ਨਕਲੀ ਦੁੱਧ ਹੈ। ਸਿੰਥੈਟਿਕ ਦੁੱਧ ਦੁੱਧ ਦੀ ਸ਼ੁੱਧਤਾ ਮਾਪਣ ਵਾਲੀਆਂ ਮਸ਼ੀਨਾਂ ਦੇ ਵੀ ਸਾਰੇ ਟੈਸਟ ਪਾਸ ਕਰ ਜਾਂਦਾ ਹੈ। ਸਿੰਥੈਟਿਕ ਦੁੱਧ ਤੋਂ ਦਹੀਂ, ਖੋਆ ਤੇ ਮਠਿਆਈਆਂ ਵੀ ਬਹੁਤ ਵਧੀਆ ਬਣਦੀਆਂ ਹਨ। ਤੁਸੀਂ ਸਿੰਥੈਟਿਕ ਦੁੱਧ ਦੀ ਪਹਿਚਾਣ ਕੁਝ ਖਾਸ ਤਰੀਕਿਆਂ ਦੇ ਨਾਲ ਹੀ ਕਰ ਸਕਦੇ ਹੋ। ਪਿਓਰ ਯਾਨੀ ਕਿ ਸ਼ੁੱਧ ਦੁੱਧ ਦਾ ਪੀਐਚ ਲੈਵਲ 6.8 ਹੁੰਦਾ ਹੈ, ਉੱਥੇ ਸਿੰਥੈਟਿਕ ਦੁੱਧ ਦਾ ਪੀਐਚ ਲੈਵਲ 10 ਤੋਂ ਵੀ ਜ਼ਿਆਦਾ ਹੁੰਦਾ ਹੈ। ਦੁੱਧ ਦੇ ਵਿੱਚ ਯੂਰੀਏ ਦਾ ਪਤਾ ਲਗਾਉਣ ਲਈ ਤੁਸੀਂ ਇੱਕ ਟੈਸਟ ਟਿਊਬ ਦੇ ਵਿੱਚ 1 ਚਮਚਾ ਦੁੱਧ ਅਤੇ 1 ਚਮਚਾ ਸੋਆਬੀਨ ਦਾ ਪਾਊਡਰ ਪਾਓ ਤੇ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ 5 ਮਿੰਟ ਲਈ ਇਹਨਾਂ ਨੂੰ ਰੱਖ ਦਿਓ ਤੇ 5 ਮਿੰਟ ਬਾਅਦ ਤੁਸੀਂ ਲਾਲ ਲੈਸਟਰ ਪੇਪਰ ਨੂੰ ਟੈਸਟ ਟਿਊਬ ਦੇ ਵਿੱਚ ਪਾਓ। ਜੇਕਰ 30 ਸੈਕਿੰਡ ਦੇ ਬਾਅਦ ਇਸ ਪੇਪਰ ਦਾ ਰੰਗ ਲਾਲ ਤੋਂ ਨੀਲਾ ਹੋ ਜਾਂਦਾ ਹੈ ਤਾਂ ਸਮਝ ਲੈਣਾ ਕਿ ਇਸ ਦੁੱਧ ਦੇ ਵਿੱਚ ਯੂਰੀਆ ਮਿਲਿਆ ਹੋਇਆ ਹੈ। ਤੁਸੀਂ ਦੁੱਧ ਨੂੰ ਸਟੋਰ ਕਰਕੇ ਵੀ ਓਰੀਜਨਲ ਅਤੇ ਮਿਲਾਵਟੀ ਦੁੱਧ ਦਾ ਪਤਾ ਲਗਾ ਸਕਦੇ ਹੋ। ਓਰੀਜਨਲ ਦੁੱਧ ਕਈ ਘੰਟਿਆਂ ਬਾਅਦ ਵੀ ਚਿੱਟਾ ਰਹੇਗਾ ਜਦਕਿ ਸਿੰਥੈਟਿਕ ਦੁੱਧ ਥੋੜੇ ਟਾਈਮ ਤੋਂ ਬਾਅਦ ਹਲਕਾ ਪੀਲਾ ਹੋ ਜਾਵੇਗਾ। ਦੁੱਧ ਦੇ ਵਿੱਚ ਡਿਟਰਜੈਂਟ ਪਾਊਡਰ ਦਾ ਪਤਾ ਲਗਾਉਣ ਦੇ ਲਈ ਤੁਸੀਂ ਦੁੱਧ ਨੂੰ ਆਪਣੀ ਉਂਗਲੀ ਤੇ ਲਗਾਓ। ਜੇਕਰ ਤੁਹਾਨੂੰ ਆਪਣੀ ਉਂਗਲੀ ਦੇ ਉੱਪਰ ਹਲਕਾ ਜਿਹਾ ਸਾਬਣ ਫੀਲ ਹੋਵੇ ਤਾਂ ਸਮਝ ਲਓ ਕਿ ਇਸ ਦੁੱਧ ਦੇ ਵਿੱਚ ਡਿਟਰਜੈਂਟ ਪਾਊਡਰ ਨੂੰ ਮਿਲਾਇਆ ਗਿਆ ਹੈ। ਓਰੀਜਨਲ ਦੁੱਧ ਹਲਕੇ ਮਿੱਠੇ ਸਵਾਦ ਦਾ ਹੁੰਦਾ ਹੈ ਜਦਕਿ ਸਿੰਥੈਟਿਕ ਯਾਨੀ ਕਿ ਮਿਲਾਵਟੀ ਦੁੱਧ ਹਲਕੇ ਜਿਹੇ ਕੌੜੇ ਸਵਾਦ ਦਾ ਹੁੰਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਜੀ ਸਿੰਥੈਟਿਕ ਦੁੱਧ ਯਾਨੀ ਕਿ ਮਿਲਾਵਟੀ ਦੁੱਧ ਤੋਂ ਹੋਣ ਵਾਲੇ ਨੁਕਸਾਨ ਦੇ ਬਾਰੇ। ਸਿੰਥੈਟਿਕ ਦੁੱਧ ਹੌਲੀ ਹੌਲੀ ਕੰਮ ਕਰਨ ਵਾਲਾ ਮਿੱਠਾ ਜ਼ਹਿਰ ਹੈ। WHO ਯਾਨੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅਨੁਸਾਰ ਜੇਕਰ ਭਾਰਤ ਦੇ ਵਿੱਚ ਸਿੰਥੈਟਿਕ ਦੁੱਧ ਤੇ ਰੋਕ ਨਹੀਂ ਲੱਗੀ ਤਾਂ 2025 ਤੱਕ ਭਾਰਤ ਦੀ 80% ਆਬਾਦੀ ਕੈਂਸਰ ਜਾਂ ਉਹਦੇ ਵਰਗੀਆਂ ਹੋਰ ਕੀ ਭੈੜੀਆਂ ਬਿਮਾਰੀਆਂ ਦੀ ਸ਼ਿਕਾਰ ਹੋ ਸਕਦੀ ਹੈ। ਸਿੰਥੈਟਿਕ ਦੁੱਧ ਵਰਤਣ ਦੇ ਨਾਲ ਫੂਡ ਪੋਇਜ਼ਨ, ਟਿਸ਼ੂ ਡੈਮੇਜ, ਦਿਲ ਦੇ ਰੋਗ, ਕਿਡਨੀ ਫੇਲ ਅਤੇ ਅਚਾਨਕ ਮੌਤ ਵੀ ਹੋ ਸਕਦੀ ਹੈ। ਸਿੰਥੈਟਿਕ ਦੁੱਧ ਦਾ ਕਾਰੋਬਾਰ ਪੂਰੇ ਦੇਸ਼ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਫੈਲਿਆ ਹੋਇਆ ਹੈ ਕਿ ਕਈ ਲੋਕ ਨਕਲੀ ਦੁੱਧ ਬਣਾ ਬਣਾ ਕੇ ਹੀ ਕਰੋੜਪਤੀ ਬਣ ਗਏ ਹਨ। ਮੱਧ ਪ੍ਰਦੇਸ਼ ਪੁਲਿਸ ਨੇ ਜੁਲਾਈ 2019 ਦੇ ਵਿੱਚ ਨਕਲੀ ਦੁੱਧ ਬਣਾਉਣ ਵਾਲੇ ਦੋ ਭਾਈਆਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਦੋਨੇ ਭਾਈ ਵੀ ਸਿੰਥੈਟਿਕ ਦੁੱਧ ਬਣਾ ਬਣਾ ਹੀ ਕਰੋੜਪਤੀ ਬਣੇ ਸਨ। 7 ਸਾਲ ਪਹਿਲਾਂ ਇਹ ਦੋਨੇ ਭਾਈ ਦਵਿੰਦਰ ਗੁਰਚਰ ਅਤੇ ਜੈਵੀਰ ਗੁਰਚਰ ਪਿੰਡਾਂ ਦੇ ਵਿੱਚੋਂ ਦੁੱਧ ਇਕੱਠਾ ਕਰਕੇ ਲੋਕਲ ਡੈਰੀ ਉੱਪਰ ਪਾਉਂਦੇ ਸਨ। ਇਹ ਦੋਨੇ ਦੁੱਧ ਦੀ ਸਪਲਾਈ ਕਰਦੇ ਕਰਦੇ ਆਪ ਹੀ ਸਿੰਥੈਟਿਕ ਦੁੱਧ ਬਣਾਉਣ ਲੱਗ ਗਏ। 6 ਰੁਪਏ ਦੁੱਧ ਪ੍ਰਤੀ ਲੀਟਰ ਦੀ ਲਾਗਤ ਦੇ ਨਾਲ ਇਹ ਦੁੱਧ ਬਣਾ ਕੇ ਅੱਗੇ 30 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚਦੇ ਸਨ ਤੇ ਕੁਝ ਹੀ ਸਮੇਂ ਦੇ ਵਿੱਚ ਦੇਖਦੇ ਹੀ ਦੇਖਦੇ ਇਹ ਦੋਨੇ ਭਾਈ 2 ਕਰੋੜ ਦੀ ਜਾਇਦਾਦ ਦੇ ਮਾਲਕ ਬਣ ਗਏ। ਲੋਕਲ ਪੁਲਿਸ ਨੂੰ ਇਹਨਾਂ ਦੋਨਾਂ ਭਰਾਵਾਂ ਦੀ ਤੇਜ਼ੀ ਦੇ ਨਾਲ ਹੋਈ ਤਰੱਕੀ ਦੇ ਉੱਪਰ ਸ਼ੱਕ ਹੋਇਆ ਤੇ ਉਹਨਾਂ ਨੇ ਤਫਤੀਸ਼ ਕੀਤੀ ਤੇ ਦੋਨੇ ਭਾਈ ਫੜੇ ਗਏ ਤੇ ਲੋਕਾਂ ਨੂੰ ਜ਼ਹਿਰ ਪਰੋਸਣ ਵਾਲੇ ਇਹ ਦੋਨੇ ਭਾਈ ਫਰਾਡ ਦੇ ਕੇਸ ਦੇ ਵਿੱਚ ਹੁਣ ਅੰਦਰ ਹਨ। ਇਹ ਸਨ ਜੀ ਨਕਲੀ ਦੁੱਧ ਦੇ ਨਾਲ ਜੁੜੇ ਹੋਏ ਕੁਝ ਭਿਆਨਕ ਤੱਥ ਤੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।